ਹਾਂਜੀ ਸਤਿ ਸ੍ਰੀ ਅਕਾਲ ਜੀ ਲੈ ਕੇ ਆਏ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਸ਼੍ਰੇਣੀ ਸਮਾਜਿਕ ਵਿਗਿਆਨ ਭੰਗੋਲ ਦਾ ਪਾਠ ਨੰਬਰ 1 ਅੱਜ ਅਸੀਂ ਇਸ ਦੀ ਰਿਵੀਜ਼ਨ ਕਰਾਂਗੇ ਸਾਡਾ ਅੱਜ ਦਾ ਪਾਠ ਜੀ ਪਾਠ ਪਹਿਲਾ ਹੈ 8ਵੀਂ ਸ਼੍ਰੇਣੀ ਦੇ ਲਈ ਸਾਧਨ ਕਿਸਮਾਂ ਤੇ ਸੰਸਮਾਨ ਇਸ ਨੂੰ ਅਸੀਂ ਇੱਕ ਛੋਟੀ ਜਿਹੀ ਟ੍ਰਿਕ ਦੇ ਨਾਲ ਪੂਰੇ ਦੇ ਪੂਰੇ ਜਿਹੜਾ ਇਹ ਪਾਠ ਹਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸੋ ਸਭ ਨੇ ਧਿਆਨ ਦੇ ਨਾਲ ਇਸ ਟ੍ਰਿਕ ਨੂੰ ਦੇਖਣਾ ਹੈ ਔਰ ਬਾਅਦ ਵਿੱਚ ਤੁਸੀਂ ਇਸੇ ਤਰ੍ਹਾਂ ਹੀ ਇਸ ਦੀ ਇੱਕ ਦੋ ਵਾਰ ਅਭਿਆਸ ਕਰਨਾ ਇਸ ਨੂੰ ਦੇਖਣਾ ਸਭ ਤੋਂ ਪਹਿਲਾਂ ਮਨੁੱਖ ਅਸੀਂ ਜਾਣਦੇ ਹਾਂ ਸਾਡਾ ਅੱਜ ਦਾ ਪਾਠ ਹੈ ਸਾਧਨ ਕਿਸਮਾਤੇ ਸਾਮਸਮਾਲ ਮਨੁੱਖ ਮਨੁੱਖ ਸਭ ਤੋਂ ਪਹਿਲਾਂ ਕੀ ਹੈ ਇਸ ਸੰਸਾਰ ਦੇ ਵਿੱਚ ਮਨੁੱਖ ਆਇਆ ਠੀਕ ਹੈ ਮਨੁੱਖ ਦੀ ਉਤਪਤੀ ਹੋਈ ਮਨੁੱਖ ਦੀ ਉਤਪਤੀ ਹੋਈ ਮਨੁੱਖ ਦੀ ਉਤਪਤੀ ਤੋਂ ਬਾਅਦ ਕੀਆ ਆਲੇ ਦੁਆਲੇ ਦੀਆਂ ਚੀਜ਼ਾਂ ਨੂੰ ਸਮਝਿਆ ਮਨੁੱਖ ਨੇ ਕੀ ਕੀਤਾ ਜਦ ਮਨੁੱਖ ਆਇਆ ਮਨੁੱਖ ਦੀ ਉਤਪਤੀ ਹੋਈ ਉਸ ਤੋਂ ਬਾਅਦ ਮਨੁੱਖ ਨੇ ਆਲੇ ਦੁਆਲੇ ਦੀਆਂ ਚੀਜ਼ਾਂ ਨੂੰ ਆਲੇ ਦੁਆਲੇ ਦੀਆਂ ਚੀਜ਼ਾਂ ਨੂੰ ਸਮਝਿਆ ਜਿਵੇਂ ਪਾਣੀ ਪਾਣੀ ਪੱਥਰ ਰੁੱਖਾਦ ਸਿਰਫ ਆਪਣੇ ਰਹਿਣ ਸਨ ਅਤੇ ਭੋਜਨ ਦੀ ਲੋੜ ਲਈ ਕੀ ਤਾਂ ਉਸਨੇ ਇਹਨਾਂ ਚੀਜ਼ਾਂ ਨੂੰ ਸਮਝਿਆ ਸਿਰਫ ਆਪਣੇ ਰਹਿਣ ਸਨ ਅਤੇ ਭੋਜਨ ਦੀ ਲੋੜ ਦੇ ਲਈ ਵੀ ਪਾਣੀ ਦੀ ਮੈਂ ਕਿਸ ਤਰ੍ਹਾਂ ਵਰਤੋਂ ਕਰ ਸਕਦਾ ਪੱਥਰ ਦੀ ਕਿਸ ਤਰ੍ਹਾਂ ਵਰਤੋਂ ਕਰ ਸਕਦਾ ਰੁੱਖ ਦੀ ਅਸੀਂ ਸਾਰਿਆਂ ਨੇ ਪੜ੍ਹਿਆ ਵੀ ਹੈ ਕਿ ਰੁੱਖ ਕਿਸ ਤਰ੍ਹਾਂ ਉਸਨੇ ਪਾਣੀ ਦੀ ਨਾ ਖੋੜ ਰਹਿਣਾ ਸ਼ੁਰੂ ਕੀਤਾ ਪੱਥਰ ਤੋਂ ਉਸਨੇ ਅੱਗ ਬਾਲਣੀ ਸ਼ੁਰੂ ਕੀਤੀ ਫਿਰ ਉਸਨੇ ਰੁੱਖਾਂ ਦੇ ਨਾਲ ਰਹਿਣ ਵਸੇਰਾ ਬਣਾਇਆ ਪੱਤੇ ਫਲ ਖਾ ਕੇ ਆਪਣਾ ਜੀ ਗੁਜ਼ਾਰਾ ਕਰਨ ਲੱਗਾ ਇਹਨਾਂ ਨੂੰ ਹੀ ਸਾਧਨ ਕਿਹਾ ਗਿਆ ਹੁਣ ਸਾਧਨ ਕੀ ਹੈ ਸਾਡੇ ਕੋਲੇ ਜੋ ਮਨੁੱਖ ਦੀਆਂ ਲੋੜਾਂ ਨੂੰ ਪੂਰਾ ਕਰਦੇ ਆ ਉਹਨਾਂ ਨੂੰ ਅਸੀਂ ਕੀ ਕਹਿ ਸਕਦੇ ਆ ਸਾਧਨ ਕਹਿ ਸਕਦਾ ਸਮੇਂ ਦੇ ਨਾਲ ਨਾਲ ਫਿਰ ਕੀ ਹੋਇਆ ਅੱਗੇ ਸਮੇਂ ਦੇ ਨਾਲ ਨਾਲ ਮਨੁੱਖੀ ਲੋੜਾਂ ਵਧਦੀਆਂ ਗਈਆਂ ਅਤੇ ਸਾਧਨ ਵੀ ਵਧਦੇ ਗਏ ਹੁਣ ਜਿਸ ਤਰ੍ਹਾਂ ਸਮਾਂ ਅੱਗੇ ਚੱਲਦਾ ਜਾ ਰਿਹਾ ਹੈ ਉਸ ਤਰ੍ਹਾਂ ਮਨੁੱਖ ਦੀਆਂ ਲੋੜਾਂ ਵਧਦੀਆਂ ਗਈਆਂ ਉਸ ਦੇ ਨਾਲ ਨਾਲ ਕੀ ਹੈ ਸਾਧਨ ਵੀ ਵਧਦੇ ਗਏ ਹੁਣ ਮਨੁੱਖ ਇੰਨਾ ਸਮਝਦਾਰ ਇੰਨਾ ਸਮਝਦਾਰ ਹੋ ਗਿਆ ਕਿ ਆਪ ਸਾਧਨ ਬਣਾਉਣ ਲੱਗਾ ਠੀਕ ਹੈ ਹੁਣ ਮਨੁੱਖ ਇੰਨਾ ਸਮਝਦਾਰ ਹੋ ਗਿਆ ਇੰਨਾ ਵਿਕਸਿਤ ਹੋ ਗਿਆ ਕਿ ਖੁਦ ਸਾਧਨ ਬਣਾਉਣ ਲੱਗਾ ਇਸ ਤਰ੍ਹਾਂ ਸਾਧਨ ਦੋ ਪ੍ਰਕਾਰ ਦੇ ਹੋ ਗਏ ਠੀਕ ਹੈ ਕੁਦਰਤੀ ਸਾਧਨ ਤੇ ਗੈਰ ਕੁਦਰਤੀ ਸਾਧਨ ਪਹਿਲਾਂ ਸਾਡੇ ਕੋਲੇ ਸਿਰਫ ਕੁਦਰਤੀ ਸਾਧਨ ਸੀ ਹੁਣ ਉਹ ਆਪਣੇ ਕੋਲੋਂ ਵੀ ਕੋਈ ਸਾਧਨ ਤਿਆਰ ਕਰਨ ਲੱਗਾ ਗੈਰ ਕੁਦਰਤੀ ਸਾਧਨ ਹੁਣ ਕੁਦਰਤੀ ਸਾਧਨ ਜੋ ਕੁਦਰਤ ਦੁਆਰਾ ਮਿਲਦੇ ਹਨ ਜਿਵੇਂ ਜੰਗਲ ਦਰਿਆ ਖਣਿਤ ਪਦਾਰਥ ਸਮੁੰਦਰਾਂ ਗੈਰ ਕੁਦਰਤੀ ਸਾਧਨ ਮਨੁੱਖ ਦੁਆਰਾ ਪੈਦਾ ਕੀਤੇ ਜਾਂਦੇ ਹਨ ਜਿਵੇਂ ਮਸ਼ੀਨਰੀ ਆਵਾਜਾਈ ਢਾਂਚਾ ਬਣਾਉਟੀ ਖਾਤਾ ਆਦਿ ਮਨੁੱਖ ਦੀ ਜ਼ਿੰਦਗੀ ਨਿਰੰਤਰ ਚਲਾਉਣ ਲਈ ਸਾਧਨਾਂ ਨੂੰ ਅੱਗੇ 6 ਭਾਗਾਂ ਵਿੱਚ ਵੰਡਿਆ ਗਿਆ ਤੁਹਾਡੇ ਇਸ ਪਾਠ ਦੇ ਵਿੱਚ ਜੋ ਅਧਿਐਨ ਹੈ ਸਾਡਾ ਉਹਦੇ ਵਿੱਚ ਕੀ ਹੈ ਇਹਨਾਂ ਨੂੰ 6 ਭਾਗਾਂ ਵਿੱਚ ਵੰਡਿਆ ਗਿਆ ਜੀਵ ਅਤੇ ਨਿਰਜੀਵ ਸਾਧਨ ਇੱਕ ਨੰਬਰ ਤੇ ਆ ਗਿਆ ਜੀ ਜੀਵ ਅਤੇ ਨਿਰਜੀਵ ਸਾਧਨ ਅੱਗੇ ਹੈਗਾ ਜੀ ਜੀਵ ਸਾਧਨ ਜਾਨਦਾਰ ਵਸਤਾਂ ਤੋਂ ਪੈਦਾ ਹੋਣ ਵਾਲੇ ਠੀਕ ਹੈ ਜੀਵ ਸਾਧਨ ਕੀ ਹੈ ਜਾਨਦਾਰ ਵਸਤਾਂ ਤੋਂ ਪੈਦਾ ਹੋਣ ਵਾਲੇ ਜਿਵੇਂ ਜੀਵ ਜੰਤੂ ਤੇ ਪੌਦੇ ਇਹਨਾਂ ਤੋਂ ਸਾਨੂੰ ਕੀ ਮਿਲਦਾ ਉਦਾਹਰਨ ਵਜੋਂ ਕੋਲਾ ਤੇਲ ਪੌਦਨ ਆਦਿ ਠੀਕ ਹੈ ਇਹ ਜਾਨਦਾਰ ਵਸਤਾਂ ਤੋਂ ਪੈਦਾ ਹੋਣ ਵਾਲੇ ਨਿਰਜੀਵ ਜਿਨ੍ਹਾਂ ਦਾ ਜਿਨ੍ਹਾਂ 'ਚ ਜਾਣ ਨਹੀਂ ਹੁੰਦੀ ਜਿਨ੍ਹਾਂ 'ਚ ਜਾਣ ਨਹੀਂ ਹੁੰਦੀ ਜੋ ਕੁਦਰਤ ਤੋਂ ਮਿਲਨ ਜਿਵੇਂ ਖਣਿਜ ਪਦਾਰਥ ਸੂਰਜਾਦ ਓਕੇ ਜੀ ਦੋ ਨੰਬਰ ਤੇ ਆ ਗਿਆ ਵਿਕਸਤ ਅਤੇ ਸੰਭਾਵਿਤ ਸਾਧਨ ਵਿਕਸਤ ਸਾਧਨ ਜੋ ਦੇਸ਼ ਦੇ ਵਿਕਾਸ ਵਿੱਚ ਸਹਾਇਤਾ ਕਰਨ ਜੋ ਦੇਸ਼ ਦੇ ਵਿਕਾਸ ਵਿੱਚ ਸਹਾਇਤਾ ਕਰਨ ਜਿਵੇਂ ਸੋਨਾ ਚਾਂਦੀ ਕੋਲਾ ਪੈਟਰੋਲੀਅਮ ਆ ਸਾਨੂੰ ਸਾਰਿਆਂ ਨੂੰ ਪਤਾ ਹੈ ਸਾਰੀਆਂ ਚੀਜ਼ਾਂ ਦੇ ਨਾਲ ਸਾਡੇ ਦੇਸ਼ ਦੇ ਵੱਡੇ ਵੱਡੇ ਉਦਯੋਗ ਚੱਲਦੇ ਆ ਦੇਸ਼ ਦੀ ਰਾਸ਼ਟਰੀ ਆਮਦਨ ਦਾ ਇੱਕ ਬਹੁਤ ਵੱਡਾ ਹਿੱਸਾ ਇਹਨਾਂ ਤੋਂ ਸਾਨੂੰ ਪ੍ਰਾਪਤ ਹੁੰਦਾ ਤੇ ਇਸ ਲਈ ਕੀ ਸਾਰੇ ਸਾਧਨਾਂ ਵਿਕਸਿਤ ਸਾਧਨਾਂ ਸੰਭਾਵਿਤ ਸਾਧਨ ਜੋ ਸਾਧਨ ਮੌਜੂਦ ਹਨ ਪਰ ਇਹਨਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਜਿਵੇਂ ਪਹਾੜਾਂ ਤੋਂ ਨਦੀਆਂ ਤੋਂ ਡਿੱਗਦਾ ਪਹਾਣੀ ਪਹਾੜਾਂ ਤੋਂ ਨਦੀਆਂ ਤੋਂ ਡਿੱਗਦਾ ਪਾਣੀ ਇਹ ਸੰਭਾਵਿਤ ਸਾਧਨਾਂ ਪਰ ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਹੈ ਬੱਚੇ ਪਰ ਜਦੋਂ ਇਹਨਾਂ ਨਦੀਆਂ ਦੀ ਪਾਣੀ ਦੀ ਬਿਜਲੀ ਜਦੋਂ ਪਾਣੀ ਦੀ ਵਰਤੋਂ ਬਿਜਲੀ ਪੈਦਾ ਕਰਨ ਲਈ ਕੀਤੀ ਜਾਂਦੀ ਹੈ ਠੀਕ ਹੈ ਪਾਣੀ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਹੈ ਉਸ ਨੂੰ ਵਿਕਸਤ ਸਾਧਨ ਕਿਹਾ ਜਾਂਦਾ ਯਾਨਕਿ ਉਹੀ ਸੰਭਾਵਿਤ ਸਾਧਨ kia ਵਿਕਸਤ ਸਾਧਨ ਬਣ ਜਾਂਦਾ ਮੁਕਣਯੋਗ ਅਤੇ ਨਾਮੁਕਣਯੋਗ ਸਾਧਨ ਮੁਕਣਯੋਗ ਸਾਧਨ ਨਾਮ ਤੋਂ ਹੀ ਬੇਟਾ ਸਪੱਸ਼ਟ ਹੋ ਰਿਹਾ ਹੈ ਬਸ ਇਸ ਨੂੰ ਧਿਆਨ ਨਾਲ ਯਾਦ ਰੱਖਣਾ ਹੈ ਅਸੀਂ ਜੋ ਇੱਕ ਵਾਰ ਵਰਤੋਂ ਵਿੱਚ ਆਉਣ ਜਿਨ੍ਹਾਂ ਦੇ ਖਤਮ ਹੋਣ ਦਾ ਡਰ ਹੈ ਉਹ ਕਿਹੜੇ ਸਾਧਨ ਖਵਾਉਂਦੇ ਆ ਮੁਕਕਣਯੋਗ ਸਾਧਨ ਜਿਵੇਂ ਪੈਟਰੋਲੀਅਮ ਆਦਿ ਪੈਟਰੋਲੀਅਮ ਤੁਸੀਂ ਦੇਖਦੇ ਹੋ ਇਹ ਪٹرول ਨੂੰ ਅਸੀਂ ਇੱਕ ਵਾਰ ਯੂਜ਼ ਕਰ ਲਈਏ ਤਾਂ ਦੁਬਾਰਾ ਉਸ ਨੂੰ ਯੂਜ਼ ਨਹੀਂ ਕਰ ਸਕਦੇ ਇਹ ਹੋ ਗਏ ਮੁਕਕਣਯੋਗ ਸਾਧਨ ਨਾਮ ਆਪਣੀਆਂ ਕੁਸਾਧਨ ਕਦੇ ਨਾ ਖਤਮ ਹੋਣ ਵਾਲੇ ਸਾਧਨ ਜਿਵੇਂ ਸੂਰਜ ਦੀ ਰੋਸ਼ਨੀ ਹਵਾ ਪਾਣੀ ਆਦਿ ਇਹ ਕਦੇ ਨਾ ਖਤਮ ਹੋਣ ਵਾਲੇ ਸਾਧਨ ਆ ਜਿਹੜੇ ਨਾਮ ਮੁਕਕਣਯੋਗ ਸਾਧਨਾਂ ਵਿੱਚ ਆ ਜਾਂਦੇ ਆ ਅੱਗੇ ਆ ਗਿਆ ਸਾਡੇ ਕੋਲੇ ਪਾਚਾਰ ਨੰਬਰ ਦੇ ਉੱਪਰ ਮਿੱਟੀ ਅਤੇ ਭੂਮੀ ਸਾਧਨ ਹੁਣ ਮਿੱਟੀ ਸਾਧਨ ਕੀ ਹੈ ਮਿੱਟੀ ਕੀ ਹੈ ਮਿੱਟੀ ਮੂਲ ਚਟਾਨਾਂ ਦੇ ਟੁੱਟਰ ਭੱਜਨ ਜੀਮ ਜੀਵਾ ਰੁੱਖਾਂ ਦੇ ਗਲਨ ਛੜਨ ਨਾਲ ਬਣਦੀ ਹੈ ਤੇ ਇਹ ਮਨੁੱਖ ਮਨੁੱਖ ਫਸਲਾ ਪੈਦਾ ਕਰਦਾ ਇਸ ਤੇ ਕੀ ਇਹ ਮਨੁੱਖ ਫਸਲਾ ਕਰਦਾ ਮਿੱਟੀ ਬਣਦੀ ਕਿਵੇਂ ਹੈ ਮੂਲ ਚਟਾਨਾਂ ਦੇ ਟੁੱਟਣ ਭਜਨ ਅਤੇ ਜੀਵਾ ਰੁੱਖਾਂ ਦੇ ਗਲਨ ਛੜਨ ਨਾਲ ਬਣਦੀ ਹੈ ਤੇ ਇਸ ਤੇ ਮਨੁੱਖ ਕੀ ਹੈ ਫਸਲਾ ਪੈਦਾ ਕਰਦਾ ਹੈ ਮਿੱਟੀ ਸਾਧਨ ਅਗਰ ਭੂਮੀ ਸਾਧਨ ਕੀ ਹੈ ਭੂਮੀ ਉੱਪਰ ਮਨੁੱਖ ਆਪਣੀਆਂ ਆਰਥਿਕ ਕਿਰਿਆਵਾਂ ਜਾਂ ਕਈ ਹੋਰ ਗਤੀਵਿਧੀਆਂ ਕਰਦਾ ਭੂਮੀ ਦੀ ਵਰਤੋਂ ਤੁਸੀਂ ਸਾਰੇ ਜਾਣਦੇ ਆਂ ਸੀ ਕਿਸ ਤਰ੍ਹਾਂ ਕਰਦੇ ਆਂ ਖੇਤੀਬਾੜੀ ਕਰਦੇ ਆਂ ਦੀ ਉਹ ਗਾਂਹ ਹੋਰ ਕਈ ਪ੍ਰਕਾਰ ਦੇ ਆ ਸਿਰ ਸਪੱਟਾ ਕਰਦੇ ਆਂ ਸੀ ਖੇਡਦੇ ਆਂ ਭੂਮੀ ਦੇ ਉੱਪਰ ਘਰ ਮਕਾਨ ਬਣਾਉਂਦੇ ਆਂ ਇਸ ਤਰ੍ਹਾਂ ਸੀ ਕੀ ਹੈ ਭੂਮੀ ਸਾਧਨ ਦੀ ਵਰਤੋਂ ਕਰ ਰਹੇ ਆਂ 5 ਨੰਬਰ ਦੇ ਆ ਕਿ ਸਮੁੰਦਰੀ ਅਤੇ ਖਣਿਜ ਪਦਾਰਤ ਸਮੁੰਦਰੀ ਸਾਧਨ ਪਾਣੀ ਦੇ ਵੱਡੇ ਵੱਡੇ ਭੰਡਾਰ ਸਮੁੰਦਰ ਕਹਾਉਂਦੇ ਹਨ ਇਹਨਾਂ ਤੋਂ ਸਾਨੂੰ ਖਣਿਜ ਮਿਲਦੇ ਹਨ ਜਿਵੇਂ ਜੈਵਿਕ ਤੇ ਸ਼ਕਤੀਸ਼ਾਲੀ ਸਾਧਨ ਪ੍ਰਾਪਤ ਹੁੰਦੇ ਆਂ ਠੀਕ ਹੈ ਖਣਿਜ ਜੈਵਿਕ ਤੇ ਸ਼ਕਤੀਸ਼ਾਲੀ ਸਾਧਨ ਬਰਾਦ ਕਿਵੇਂ ਮੋਤੀ ਹੋ ਗਏ ਧੋਗੇ ਹੋ ਗਿਆ ਸਿੱਪੀਆਂ ਹੋਈਆਂ ਹੋਰ ਵੀ ਕਈ ਪ੍ਰਕਾਰ ਦੇ ਸਾਧਨ ਹੀਰੇ ਮੋਤੀ ਜਵਾਹਰ ਜਿਹੜੇ ਸਮੁੰਦਰ ਦੇ ਵਿੱਚੋਂ ਸਾਨੂੰ ਪ੍ਰਾਪਤ ਹੁੰਦੇ ਹਨ ਇਹ ਸਾਰੇ ਕੀ ਆ ਜਾਂਦੇ ਕਿਹਦੇ ਵਿੱਚ ਆ ਜਾਂਦੇ ਸਮੁੰਦਰੀ ਸਾਧਨ ਦੇ ਵਿੱਚ ਆ ਜਾਂਦੇ ਹੁਣ ਖਣਿਜ ਸਾਧਨ ਖਣਿਜ ਖਣਿਜ ਪਦਾਰਤ ਧਰਤੀ ਵਿੱਚੋਂ ਮਿਲਣ ਵਾਲੇ ਪਦਾਰਤ ਹਨ ਜਿਵੇਂ ਇਹ ਦੋ ਪ੍ਰਕਾਰ ਦੇ ਹੁੰਦੇ ਹਨ ਹੁਣ ਖਣਿਜ ਪਦਾਰਤ ਸਾਨੂੰ ਸਾਰਿਆਂ ਨੂੰ ਪਤਾ ਦੋ ਪ੍ਰਕਾਰ ਦੇ ਹੁੰਦੇ ਆ ਧਰਤੀ ਵਿੱਚੋਂ ਮਿਲਣ ਵਾਲੇ ਪ੍ਰਾਪਤਨ ਤਾਤੂ ਅਤੇ ਅਤਾਤੂ ਇਹਨਾਂ ਦੇ ਅੱਗੇ ਦੋ ਕਿਸਮਾਂ ਤਾਤੂ ਦੇ ਵਿੱਚ ਆ ਜਾਂਦੇ ਆ ਲੋਹਾ ਤਾਂਬਾ ਚਾਂਦੀ ਸੋਨਾ ਐਲੂਮੀਨੀਅਮ ਆਦ ਤੇ ਅਤਾਤੂ ਵਿੱਚ ਆ ਜਾਂਦੇ ਆ ਪੈਟਰੋਲੀਅਮ ਕੋਲਾ ਅਬਰਕ ਮੈਗਨੀਜ਼ ਆਦ ਠੀਕ ਹੈ ਧਾਤੂ ਤੇ ਅਤਾਤੂ ਕਿਹਨੇ 6 ਨੰਬਰ ਦੇ ਵਿੱਚ ਆ ਗਿਆ ਲਾਸਟ ਦੇ ਵਿੱਚ ਮਨੁੱਖੀ ਸਾਧਨ ਮਨੁੱਖੀ ਸਾਧਨ ਮਨੁੱਖ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਜਿੰਨਾ ਸਾਧਨਾਂ ਦੀ ਵਰਤੋਂ ਕਰਦਾ ਹੈ ਉਹਨਾਂ ਨੂੰ ਅਸੀਂ ਕੀ ਬੋਲਦੇ ਨੇ ਆ ਮਨੁੱਖੀ ਸਾਧਨ ਬੋਲਦੇ ਹਾਂ ਅਖੀਰ ਦੇ ਵਿੱਚ ਬੇਟਾ ਇੱਕ ਗੱਲ ਧਿਆਨ ਦੇ ਵਿੱਚ ਰੱਖਣੀ ਆ ਸਾਨੂੰ ਇਹਨਾਂ ਸਾਧਨਾਂ ਦੀ ਜਿਹੜੀ ਵਰਤੋਂ ਆ ਉਹ ਪੂਰੀ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਹਨਾਂ ਸਾਧਨਾ ਦੀ ਵਰਤੋਂ ਕਰ ਸਕਣ ਔਰ ਇਹਨਾਂ ਦਾ ਆਨੰਦ ਮਾਣ ਸਕਣ ਆਪਣੀ ਜੀਵਨ ਦਾ ਇਸੇ ਤਰ੍ਹਾਂ ਆਨੰਦ ਮਾਣ ਸਕੀ। ਜੇ ਮੈਂ ਬਈਟਾ ਇਹ ਛੋਟੇ ਜਿਹੇ ਟ੍ਰਿਕ ਨੂੰ ਤੁਸੀਂ ਬਾਰ-ਬਾਰ ਦੇਖੋਗੇ ਤੁਹਾਨੂੰ ਸਾਰੇ ਦਾ ਸਾਰਾ ਜਿਹੜਾ ਇਹ ਪਾਰਟ ਆ ਪੂਰੀ ਤਰ੍ਹਾਂ ਸਮਝ ਦੇ ਵਿੱਚ ਆ ਜਾਵੇਗਾ ਔਰ ਅਭਿਆਸ ਦੇ ਜੋ ਪ੍ਰਸ਼ਨ ਹੈ ਜੋ ਵੀ ਇਹ ਇਹਨਾਂ ਨਾਲ ਜੁੜਿਆ ਹੋਇਆ ਕੁਐਸਚਨ ਤੁਹਾਨੂੰ ਪੁੱਛਿਆ ਜਾਵੇਗਾ ਪ੍ਰਸ਼ਨ ਪੁੱਛਿਆ ਜਾਵੇਗਾ ਤੁਸੀਂ ਉਸ ਦਾ ਆਸਾਨੀ ਨਾਲ ਆਨਸਰ ਦੇ ਸਕਦੇ ਹੋ। ਇਸ ਲਈ ਇਸ ਲਈ ਇਸ ਨੂੰ ਦੋ ਵਾਰ ਤਿੰਨ ਵਾਰ ਬਾਰ-ਬਾਰ ਦੇਖੋ ਔਰ ਇਸ ਦਾ ਇਸੇ ਤਰ੍ਹਾਂ ਅਭਿਆਸ ਕਰੋ। ਕੋਸ਼ਿਸ਼ ਕਰੋ ਇਸ ਦੇ ਨੋਟਸ ਆ ਜਿਹੜੇ ਆਪਣੇ ਕਾਪੀ ਦੇ ਉੱਪਰ ਨੋਟ ਡਾਊਨ ਕਰੋ ਔਰ ਇਸ ਔਰ ਨਾਲ ਦੀ ਨਾਲ ਇਹ ਜੋ ਚੈਨਲ ਹੈ ਇਸ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਹਰੇਕ ਲੈਸਨ ਦੀ ਜੋ ਦੋ ਵੀ ਨਵੀਂ ਵੀਡੀਓ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਦੀ ਰਹੇ ਆਪ ਸਭ ਦਾ ਸ਼ਾਮ ਨੂੰ ਸ਼ੁਭ ਹੋਵੇ ਧੰਨਵਾਦ ਸਾਰਿਆਂ ਦਾ